ਅੱਖਾਂ ਨੂੰ ਥੁੱਕ ਲਾ ਕੇ ਰੋਣ ਦਾ ਡਰਾਮਾ ਕਰ ਰਹੀ ਨੇ ਸਰਕਾਰ, ਪੰਜਾਬ ਸਰਕਾਰ ਨੇ, ਜਿਹੜੇ ਅਸਲ ਦੇ ਵਿੱਚ ਹੱਕ ਤੇ ਹਕੂਕਾਂ ਦੀ ਗੱਲ ਸੀ ਉਹ ਇਹਨਾਂ ਬਿੱਲਾਂ ਦੇ ਵਿੱਚ ਨਹੀਂ ਕੀਤੀ। ਸਾਨੂੰ ਕਹਿੰਦੇ ਵੀ ਤੁਸੀਂ ਕਿਹੜੇ ਗਰੁੱਪ ਬੰਨੀ ਹੋ, ਪਹਿਲੀ ਗੱਲ ਤਾਂ ਇਹ ਯੂਨੀਅਨ ਨੂੰ ਇਹ ਪੁੱਛਣੇ ਨਹੀਂ ਚਾਹੀਦਾ ਵੀ ਕਿਹੜੇ ਗਰੁੱਪ ਬੰਨੀ ਹੋ, ਜਦੋਂ ਤੁਸੀਂ ਗਰੁੱਪ ਖੁਦ ਹੀ ਤਿਆਰ ਕਰ ਰਹੇ ਹੋ ਤਾਂ ਫਿਰ ਗਰੁੱਪ ਕਾਹਦੇ ਯਾਰ, ਸਾਡਾ ਤਾਂ ਲੜਾਈ ਤਾਂ ਇੱਕ ਹੈ। ਬਿਲਕੁਲ ਜੀ ਬਿਲਕੁਲ, ਏਕਾ ਨਹੀਂ ਪਾਟੇ ਹੋਏ ਨੇ, ਮਤਲਬ ਕਿ ਆਪਦੀਆਂ ਗੱਲਾਂ ਕਰਦੇ ਨੇ, ਆਪਦੇ ਭਾਸ਼ਣ ਨੇ ਉਹਨਾਂ ਦੇ, ਉਹੀ ਉਹਨਾਂ ਦੇ ਭਾਸ਼ਣ ਨੇ, ਮਤਲਬ ਕਿ ਸਾਨੂੰ ਵਧੀਆ ਨਹੀਂ ਲੱਗਦੀਆਂ ਇਹਨਾਂ ਗੱਲਾਂ, ਅਸੀਂ ਨਿਰਪੱਖ ਬੋਲਣਾ। ਟਰਾਲੀਆਂ ਇੱਥੋਂ ਆਪਣੇ ਨੰਗਲ ਤੱਕ ਆ ਜਾਂਦੀਆਂ ਮਾਨਸਾ ਮੰਡੀ 'ਚੋਂ, ਸ਼ਰਮ ਦੀ ਗੱਲ ਹੈ ਇਹ ਨੇਤਾਵਾਂ ਵਾਸਤੇ। ਇਹ ਮਤਲਬ ਪੱਤਾ ਸਿੱਟਣਾ ਸੀ ਸਿੱਟ ਗਏ, ਲੋਕਾਂ ਨੂੰ ਐਂ ਹੋ ਗਿਆ ਹਾਂ ਬਈ ਕੈਪਟਨ ਨੇ ਬਿੱਲ ਪਾਸ ਕਰਤੇ। ਪਹਿਲਾਂ ਤਾਂ ਇਕੱਠੇ ਦੇਖ ਸਾਰੇ ਇਹ ਆਪਦਾ ਪੱਤਰ ਉਹਨੂੰ ਦੇ ਕੇ ਆਉਂਦੇ ਰਾਜਪਾਲ ਨੂੰ, ਹੈ ਨਾ, ਆ ਕੇ ਕੱਲ੍ਹ ਤੁਸੀਂ ਸਾਰਿਆਂ ਦੇ ਬਿਆਨ ਸੁਣੀ ਹੋਣਗੇ, ਉਹ ਕਹਿੰਦੇ ਜੀ ਅਸੀਂ ਤਾਂ ਪੜ੍ਹ ਕੇ ਨਹੀਂ ਦੇਖਿਆ, ਅਸੀਂ ਜੇ ਨਹੀਂ ਕੀਤਾ। ਬਾਈ ਜਦੋਂ ਤੁਸੀਂ ਸਾਰਿਆਂ ਨੇ ਰਾਏ ਕਰਕੇ ਜਦੋਂ ਬਿੱਲ ਬਣਾਇਆ ਉਦੋਂ ਤੁਸੀਂ ਪੜ੍ਹਨਾ ਸੀ, ਤੁਸੀਂ 10 ਮਿੰਟ ਮੰਗਣੇ ਸੀ ਬਾਈ ਅਸੀਂ ਪੜ੍ਹ ਕੇ ਦੇਖਣਾ ਇਹ, ਜਦੋਂ ਤੁਸੀਂ ਹੁਣ ਬਾਅਦ 'ਚ ਕਿਉਂ ਵਿਰੋਧ ਕਰਦੇ ਹੋ? ਮਤਲਬ ਬੇਸ਼ਰਮ ਬੰਦੇ ਆਪਣੀ ਘਾਟਾਂ ਨੇ ਇਹ ਬਾਈ, ਜਿਹੜੇ ਆਪਾਂ ਇਹੋ ਜਿਹੇ ਅਨਪੜ੍ਹ ਬੁੱਝੜ ਬੰਦੇ ਜਿਹੜੇ ਆਪਾਂ ਕੁਰਸੀਆਂ 'ਤੇ ਬਿਠਾਏ ਨੇ, ਇਹ ਸਾਡੀਆਂ ਘਾਟਾਂ ਨੇ ਜਿਹੜੇ ਇਹੋ ਜਿਹੇ ਬਹਾਨੇ ਲਾਉਂਦੇ ਨੇ। ਜੇ ਕੋਈ ਕਿਸਾਨ ਦੇ ਮੀਟਰ ਵੀ ਪੱਟਣਾ ਹੋਊਗਾ ਉਹਦੇ ਬਾਰੇ ਵੀ ਆਪਣੀ ਸਖ਼ਤ ਚੇਤਾਵਨੀ ਉਹਨੂੰ ਬੰਨਾਂਗੇ, ਇਹ ਰਾਪਰ ਦੇ ਵਿੱਚੋਂ ਕੋਈ ਬੰਦਾ ਮੀਟਰ ਨਾ ਪੱਟਣਾ। ਇਹ ਤਾਂ ਆਪਾਂ ਦੇਖ ਸਕਦੇ ਹਾਂ ਵੀ ਇਹਦੇ ਵਿੱਚ ਜਿਹੜੀ ਇਹ ਗੱਲ ਹੈਗੀ ਤਾਂ ਸਰਾਸਰ ਆਪਾਂ ਨੂੰ ਇੱਕ ਜੁਮਲਾ ਲੱਗਦੀ ਹੈ। ਸਤਿ ਸ਼੍ਰੀ ਅਕਾਲ, ਆਵਾਜ਼ ਕੌਮ ਟੀ ਵੀ ਦੇਖ ਰਹੇ ਹੋ ਤੁਸੀਂ। ਜਿਵੇਂ ਕਿ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਇੱਕ ਬਿੱਲ ਪੇਸ਼ ਕੀਤਾ। ਉਹ ਬਿੱਲ ਨੂੰ ਲੈ ਕੇ ਲੋਕਾਂ ਦੀ ਕੀ ਰਾਏ ਹੈ ਉਸ ਬਾਰੇ ਅੱਜ ਅਸੀਂ ਇੱਕ ਪ੍ਰੋਗਰਾਮ ਰੱਖਿਆ। ਕੁਛ ਯੂਨੀਅਨ ਦੇ, ਕੁਛ ਜਿਹੜੇ ਕਿਸਾਨ ਯੂਨੀਅਨ ਦੀ ਜਥੇਬੰਦੀਆਂ ਸਾਡੇ ਕੋਲ ਪਹੁੰਚੀਆਂ, ਕੁਛ ਪਿੰਡ ਦੇ ਨੌਜਵਾਨ ਜਿਹੜੇ ਆਮ ਕਿਸਾਨ ਆਗੂ ਉਹਨਾਂ ਨੂੰ ਅਸੀਂ ਇਕੱਤਰ ਕੀਤਾ ਸੀਗਾ ਇਸ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ, ਕਿ ਉਹਨਾਂ ਦੀ ਅਸੀਂ ਰਾਏ ਜਾਣਾਂਗੇ ਕਿ ਉਹ ਕੈਪਟਨ ਸਰਕਾਰ ਵੱਲੋਂ ਲਿਆਂਦੇ ਇੱਕ ਬਿੱਲ ਹੈ ਉਹਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ। ਕੇਂਦਰ ਸਰਕਾਰ ਦੁਆਰਾ ਜਿਹੜੇ ਖੇਤੀ ਵਿਰੋਧੀ ਕਾਨੂੰਨ ਲਿਆਂਦੇ ਗਏ ਸੀ ਉਹਦੇ ਖਿਲਾਫ਼ ਕੈਪਟਨ ਸਰਕਾਰ ਨੇ ਇੱਕ ਰਾਜ ਸਰਕਾਰ ਵੱਲੋਂ ਬਿੱਲ ਪੇਸ਼ ਕੀਤੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਰਕਾਰਾਂ ਲੋਕਾਂ ਦੀ ਹਮਦਰਦੀ ਲਈ ਚੁਣੀਆਂ ਜਾਂਦੀਆਂ, ਕੰਮ ਕਾਰਾਂ ਲਈ ਚੁਣੀਆਂ ਜਾਂਦੀਆਂ ਨੇ। ਸੋ ਬੇਸ਼ੱਕ ਦੀ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੈ, ਬੇਸ਼ੱਕ ਖਾਨਾ ਪੂਰਤੀ ਕੀਤੀ ਹੈ, ਜਿਹੜੀ ਖਾਨਾ ਪੂਰਤੀ ਕੀਤੀ ਹੈ ਜਿਸ ਚੱਜੇ ਢੰਗ ਨਾਲ ਉਹਨੂੰ ਪੂਰਨ ਤੌਰ 'ਤੇ ਜੇ ਬਸ ਰਲੇਵਾ ਕੀਤਾ ਇੱਕ ਵੀ, ਮਤਲਬ ਕਿ ਜਿਵੇਂ ਅੱਖਾਂ ਨੂੰ ਥੁੱਕ ਲਾ ਕੇ ਰੋਣ ਦਾ ਡਰਾਮਾ ਕਰ ਰਹੀ ਨੇ ਸਰਕਾਰ, ਪੰਜਾਬ ਸਰਕਾਰ ਨੇ, ਜਿਹੜੇ ਅਸਲ ਦੇ ਵਿੱਚ ਹੱਕ ਅਤੇ ਹਕੂਕਾਂ ਦੀ ਗੱਲ ਸੀ ਉਹ ਇਹਨਾਂ ਬਿੱਲਾਂ ਦੇ ਵਿੱਚ ਨਹੀਂ ਕੀਤੀ ਗਈ। ਇੱਕ ਜਿਵੇਂ ਤੁਸੀਂ ਪਹਿਲਾਂ ਵੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਮਾਨਸਾ ਧਰਨੇ ਪ੍ਰਦਰਸ਼ਨ ਦੇ ਵਿੱਚ ਗਏ ਸੀਗੇ, ਉੱਥੇ ਤੁਹਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ, ਕੀ ਕਾਰਨ ਸੀਗਾ, ਕੀ ਤੁਹਾਡੇ ਨਾਲ ਉੱਥੇ ਜਿਹੜਾ ਧੱਕਾਸ਼ਾਹੀ ਹੋਈ ਸੀ? ਗੱਲ ਕੀ ਹੈ ਜੀ, ਮਤਲਬ ਕਿ ਸਾਡੇ ਜਿਹੜੇ ਕਿਸਾਨ ਯੂਨੀਅਨ, ਚਾਹੇ ਸਾਡੇ ਪਰਿਵਾਰ ਤੋਂ ਲਾ ਲਓ, ਪਰਿਵਾਰਾਂ 'ਤੇ ਸਾਡੇ ਪਰਿਵਾਰਾਂ 'ਚ ਵੀ ਇਹੀ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ ਸਾਡੇ, ਉਹ ਕੀ ਕਰਦੇ ਨੇ, ਉਹ ਸਾਰਾ ਘਰ ਦੀ ਕਬੀਲਦਾਰੀ ਸਾਰੀ ਆਪਦੇ ਹੱਥਾਂ 'ਚ ਰੱਖਣੀ ਚਾਹੁੰਦੇ ਨੇ, ਵੀ ਕਿਤੇ ਵੀ ਬੱਚਿਆਂ ਨੂੰ, ਆਪਦੇ ਪੁੱਤਰਾਂ ਨੂੰ ਜਾਂ ਨੌਜਵਾਨ ਯੂਥ ਨੂੰ ਉਹ ਦੇਣਾ ਨਹੀਂ ਚਾਹੁੰਦੇ, ਵੀ ਇਹ ਕਿਤੇ ਕੁਛ ਐਂ ਨਾ ਕਰ ਦੇਣ ਜਾਂ ਕੁਛ ਵੀ ਮਤਲਬ ਘਰ ਨੂੰ ਵਿਗਾੜ ਦੇਣ। ਹਾਲਾਂਕਿ ਥੋੜ੍ਹੀ ਥੋੜ੍ਹੀ ਜਿਹੜਾ ਸਿਆਣਾ ਬੰਦਾ ਹੈ ਉਹ ਆਪਦੇ ਪੁੱਤਰਾਂ ਨੂੰ ਥੋੜ੍ਹੀ ਥੋੜ੍ਹੀ ਜਿਹੀ ਕਬੀਲਦਾਰੀ ਦੇ ਵਿੱਚ ਪਾਉਂਦਾ ਤਾਂ ਉਹ ਕਬੀਲਦਾਰੀ 'ਚ ਪੂਰੇ ਮਚੌਰ ਹੋ ਕੇ ਅੱਛੀ ਕੰਮ ਕਰਨ ਨੂੰ ਤਰਜੀਹ ਦਿੰਦੇ। ਇਹੀ ਗੱਲ ਹੈ ਜੀ, ਯੂਨੀਅਨ ਵਾਲੇ ਬਾਬੇ ਨੇ ਜਿਹੜੇ ਰੋਜ਼ ਉਹਨਾਂ ਦਾ ਜਿਹੜਾ ਮਤਲਬ ਕਿ ਕਿਸੇ ਵੀ ਸਟੇਸ਼ਨ 'ਤੇ ਜਾਂਦੇ ਆ ਉੱਥੇ ਜਿਹੜੇ ਜਿੱਥੇ ਵੀ ਧਰਨੇ ਨੇ ਉੱਥੇ ਜਿਹੜੇ ਆਸ ਪਾਸ ਦੇ ਪੰਛੀ ਨੇ, ਜਾਨਵਰ ਨੇ, ਉਹਨਾਂ ਬਜ਼ੁਰਗਾਂ ਦੀਆਂ ਗੱਲਾਂ ਸੁਣ ਸੁਣ ਉਹਨਾਂ ਦੇ ਕੰਠ ਹੋਈਆਂ ਪਈਆਂ। ਅਸੀਂ ਜੇ ਨਵਾਂ ਜਾਂਦੇ ਹਾਂ ਹੁਣ ਸਾਨੂੰ ਕਹਿੰਦੇ ਵੀ ਤੁਸੀਂ ਕਿਹੜੇ ਗਰੁੱਪ ਬੰਨੀ ਹੋ, ਪਹਿਲੀ ਗੱਲ ਤਾਂ ਇਹ ਯੂਨੀਅਨ ਨੂੰ ਇਹ ਪੁੱਛਣੇ ਨਹੀਂ ਚਾਹੀਦਾ ਵੀ ਕਿਹੜੇ ਗਰੁੱਪ ਬੰਨੀ ਹੋ, ਜਦੋਂ ਤੁਸੀਂ ਗਰੁੱਪ ਖੁਦ ਹੀ ਤਿਆਰ ਕਰ ਰਹੇ ਹੋ ਤਾਂ ਫਿਰ ਗਰੁੱਪ ਕਾਹਦੇ ਯਾਰ, ਸਾਡਾ ਤਾਂ ਲੜਾਈ ਤਾਂ ਇੱਕ ਹੈ, ਜਦੋਂ ਸਾਡਾ ਪਲੇਟਫਾਰਮ ਮੰਜ਼ਿਲ ਇੱਕ ਹੈ ਫਿਰ ਰਸਤੇ ਵੱਖੋ ਵੱਖਰੇ ਕਿਉਂ ਹੈ? ਪਹਿਲਾਂ ਤਾਂ ਸਾਨੂੰ ਇਹ ਪੁੱਛਿਆ ਗਿਆ ਕਿ ਗਰੁੱਪ ਕਿਹੜਾ ਜੀ, ਤੁਸੀਂ ਕਿਹੜੇ ਗਰੁੱਪ ਬੰਨੀਓ ਬੋਲਾਂਗੇ? ਇਹ ਚੀਜ਼ਾਂ ਵਧੀਆ ਨਹੀਂ ਲੱਗੀਆਂ। ਜੇ 4 ਮਿੰਟ ਦੇ ਤੇ ਹਜੇ ਮੈਂ ਸਟੇਜ ਦੀ ਪੂਰੀ ਜਿਹੜੀ ਆਪਦੀ ਭਾਸ਼ਣ ਦੀ ਜਿਹੜੀ ਲੈ ਸੀ ਉਹ ਮੈਂ ਸਟੇਜ ਤੋਂ ਸ਼ੁਰੂ ਕਰ ਰਿਹਾ ਸੀ, ਇੱਥੇ ਕੌਣ ਕੌਣ ਬੈਠੇ ਨੇ, ਕੀ ਗੱਲਾਂ ਨੇ, ਮੈਂ ਕਹਿੰਦੇ ਇਹਨੂੰ ਨੂੰ ਕਹਿੰਦੇ ਟਾਈਮ ਹੋ ਗਿਆ ਜੀ, ਦੱਸੋ ਮੈਂ ਗੱਲ ਤਾਂ ਕੋਈ ਕੀਤੀ ਨਹੀਂ, ਹਜੇ ਤਾਂ ਮੈਂ ਆਪਦੀ ਭਾਸ਼ਣ ਨੂੰ ਸ਼ੁਰੂ ਹੀ ਕਰ ਰਿਹਾ ਸੀ ਅਤੇ ਇਹ ਬਜ਼ੁਰਗ ਨਹੀਂ ਚਾਹੁੰਦੇ ਵੀ ਨੌਜਵਾਨ ਮੁੰਡੇ ਆਉਣ। ਅਸੀਂ ਜਾਂਦੇ ਹਾਂ, ਅਸੀਂ 100-150 ਮੁੰਡਾ ਸੀ, ਟਰਾਲੀਆਂ ਭਰ ਕੇ ਗਏ ਪਰ ਉਹਨਾਂ ਨੇ ਸਾਨੂੰ ਕੋਈ ਵਧੀਆ ਰਿਸਪੌਂਸ ਨਹੀਂ ਦਿੱਤਾ। ਇੱਕ ਜਦੋਂ ਤੁਸੀਂ ਉੱਥੇ ਗਏ ਸੀ ਪਹਿਲਾਂ ਜਾਣ ਤੋਂ ਪਹਿਲਾਂ ਸਮਾਂ ਨੋਟ ਕਰਾਇਆ ਸੀ ਉਹਨਾਂ ਨੂੰ ਸਟੇਟ ਸੈਕਟਰੀ ਨੂੰ? ਹਾਂ ਬਿਲਕੁਲ ਜੀ, ਅਸੀਂ ਕਹਿ ਕੇ ਆਏ ਸੀ, ਸਾਡੇ ਪਿੰਡ ਦੇ ਉੱਥੇ ਪਤਵੰਤੇ ਵੀ ਬੈਠੇ ਸੀਗੇ, ਮਤਲਬ ਕਿ ਸਾਨੂੰ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਪਿੰਡ ਜੀ, ਅਸੀਂ ਆਖਿਆ ਜੀ ਸਾਡੇ ਪਿੰਡ 'ਚੋਂ ਲੰਗਰ ਵੀ ਆਇਆ, ਖੀਰ ਦੇ ਕੜਾਹੇ ਆਏ ਜੀ, ਦਾਲ ਆਈ ਹੈ, ਰੋਟੀ ਹੈ, ਸਾਰਾ ਕੁਝ ਆਇਆ, ਅਤੇ ਅਸੀਂ ਤਾਂ ਕਹਿੰਦੇ ਵੀ ਰੋਜ਼ ਆਇਆ ਕਰੋ ਤੁਸੀਂ, ਰੋਜ਼ ਟਾਈਮ ਮਿਲਿਆ ਕਰੋ, ਰੋਜ਼ ਆਇਆ ਕਰੋ। ਪਹਿਲਾਂ ਹੁਣ ਐਂ ਦੱਸੋ ਵੀ ਜਦੋਂ ਹੁਣ ਰੁੱਤ ਕਿਹੜੀ ਹੈ, ਹੁਣ ਬਜ਼ੁਰਗ ਸਾਡੇ ਚਲੋ ਜੇ ਵਿਹਲੇ ਤਾਂ ਵਗ ਜਾਂਦੇ ਆ, ਹੁਣ ਨਰਮਾ ਵੀ ਚੱਕਣਾ ਖੇਤ, ਨਰਮਾ ਚੁੱਕਣਾ, ਚੁਗਾਈ ਵੀ ਚੱਲਦੀ ਹੈ, ਪਾਣੀ ਦੀਆਂ ਬਾਰੀਆਂ ਪਾਣੀ ਵੀ ਸਾਨੂੰ, ਫਸਲ ਸਾਂਭੀਆਂ ਜਾਂ ਅਸੀਂ ਧਰਨਿਆਂ 'ਤੇ ਜਾਈਏ? ਚਲੋ ਹਾਂ, ਦਿਨ 'ਚੋਂ ਦਿਨ ਕੱਢ ਕੇ ਸਾਡੇ ਪਿੰਡ ਦੀ ਬਾਰੀ ਰੱਖ
ਝਨੀਰ ਬਲਾਕ ਦੇ ਜਾਂ ਮਾਨਸਾ ਜ਼ਿਲ੍ਹੇ ਦੇ ਕਿੰਨੇ ਪਿੰਡ ਨੇ, ਚਾਰੇ ਤਿੰਨੇ ਹਲਕਿਆਂ ਦੇ ਉਨੇ ਪਿੰਡਾਂ 'ਚੋਂ ਜਿਹੜੀ ਸਾਡੇ ਪਿੰਡ ਦੀ ਵਾਰੀ ਹੋਊ ਅਸੀਂ ਜੱਜ ਕੇ ਜਾਵਾਂਗੇ, ਸਾਡੇ ਇੱਕ ਪਿੰਡ ਦੀ ਵਾਰੀ ਰੱਖੋ, ਵਾਰੀ ਬੰਨਣ। ਹਾਂ, ਤੁਹਾਨੂੰ ਲੱਗਦਾ ਵੀ ਕਿਸਾਨ ਯੂਨੀਅਨ ਦਾ ਅਜੇ ਆਪਸ ਦੇ ਵਿੱਚ ਏਕਾ ਨਹੀਂ ਹੈਗਾ, ਇਹ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਬਿਲਕੁਲ ਏਕਾ ਨਹੀਂ, ਪਾਟੇ ਹੋਏ ਨੇ, ਮਤਲਬ ਕਿ ਆਪਦੀਆਂ ਗੱਲਾਂ ਕਰਦੇ ਨੇ, ਆਪਦੇ ਭਾਸ਼ਣ ਨੇ ਉਹਨਾਂ ਦੇ, ਉਹੀ ਉਹਨਾਂ ਦੇ ਭਾਸ਼ਣ ਨੇ, ਮਤਲਬ ਕਿ ਸਾਨੂੰ ਵਧੀਆ ਨਹੀਂ ਲੱਗਦੀਆਂ ਇਹਨਾਂ ਗੱਲਾਂ, ਅਸੀਂ ਨਿਰਪੱਖ ਬੋਲਣਾ। ਅਸੀਂ ਤਾਂ ਉਹ ਕਦੇ ਉਹ ਜਦੋਂ ਹੁਣ ਕੀਲ ਕੇ ਦਾ ਸਪੇਰਾ ਰਹਿੰਦਾ ਹੁੰਦਾ ਸੱਪ, ਉਹ ਪਟਾਰੀ 'ਚ ਹੈ, ਜਦੋਂ ਉਹ ਬਾਹਰ ਨਿਕਲਦਾ ਤਾਂ ਉਹ ਕਿਸੇ ਪਾਸੇ ਵੀ ਡੰਗ ਚਲਾ ਸਕਦਾ, ਉਹ ਤਾਂ ਜੋਗੀ ਨੇ ਦੇਖਣਾ ਵੀ ਕਿਹੜੇ ਪਾਸੇ ਜਾਂਦਾ। ਹੁਣ ਮਤਲਬ ਕਿ ਸਾਨੂੰ ਕੀਲ ਕੇ ਕਿੰਨਾ ਕੁ ਚਿਰ ਰੱਖੋਗੇ, ਤਾਂ ਸਪੇਰੇ ਹਾਂ ਅਸੀਂ, ਤਾਂ ਸਾਡੇ ਫਣਾਂ 'ਚ ਤਾਂ ਜ਼ਹਿਰ ਹੈ ਪੂਰੀ। ਅਸੀਂ ਇਹ ਨਹੀਂ ਹੈਗਾ ਵੀ ਅਸੀਂ ਕੋਈ ਉੱਥੇ ਜੀ ਇਹੋ ਜਿਹਾ ਨਾਰਾ ਲਾ ਦੇਂਗੇ ਵੀ ਸਾਡੇ 'ਤੇ ਕਾਰਵਾਈ ਹੋਵੇ, ਅਸੀਂ ਤਾਂ ਜਿਵੇਂ ਉਹ ਕਰਦੇ ਨੇ ਸਾਰੀਆਂ ਗੱਲਾਂ ਸਾਨੂੰ ਆਉਂਦੀਆਂ ਨੇ। ਅਸੀਂ ਕਿਹੜਾ, ਅਸੀਂ ਜਿਹੜੇ ਸਾਡੀਆਂ ਦਾੜੀਆਂ ਕੋਈ ਐਵੇਂ ਥੋੜ੍ਹੀ ਆਈਆਂ ਇਹ, ਅਸੀਂ ਭਾਸ਼ਣ ਸੁਣਨ ਨੂੰ ਨਹੀਂ ਦਾੜੀਆਂ ਆਈਆਂ, ਜਿਹੀਆਂ ਗੱਲਾਂ ਉਹ ਕਰਦੇ ਆ ਉਹੋ ਜਿਹੀਆਂ ਅਸੀਂ ਗੱਲਾਂ ਕਰਾਂਗੇ, ਉਹੋ ਜਿਹੀ ਬੋਲਾਂਗੇ। ਸਾਨੂੰ ਸਿਖਾਉਣ ਕਿਸਾਨ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ, ਉਹ ਸਾਡੇ ਸਿਰ 'ਤੇ ਹੱਥ ਰੱਖ ਕੇ ਸਾਨੂੰ ਉਹ ਅੱਗੇ ਵਧਣ, ਸਾਡੇ ਪਿੱਛੇ ਰਹਿਣ। ਜੇ ਅਸੀਂ ਗਰਮ, ਸਾਡਾ ਖੂਨ ਗਰਮ ਹੈ ਤਾਂ ਉਹ ਨਰਮਾਈ ਨਾਲ ਸਾਨੂੰ ਠੱਲ ਵੀ ਸਕਦੇ ਨੇ। ਹੁਣ ਜੇ ਪਾਣੀ ਦੀ ਵਾਰੀ ਹੈ, ਜੇ ਨੱਕਾ ਟੁੱਟਦਾ ਹੈ, ਇੱਕ ਥਾਂ 'ਤੇ ਨੱਕਾ ਵੱਢਿਆ ਜਾਂਦਾ, ਇੱਕ ਖੱਡ ਖੁੱਲ੍ਹ ਗਈ, ਸਿਆਣਾ ਬੰਦਾ ਉਹਨੂੰ ਗਾਚੀ ਲਾ ਕੇ ਪੋਚ ਲੈਂਦਾ, ਜਿਹੜਾ ਕੋਈ ਹੁੰਦਾ ਦੇਖਦਾ ਨਹੀਂ ਉਹ ਮਾਰ ਕੇ ਪੈਰ ਹੋਰ ਤੋੜਦਾ। ਇਹ ਬਜ਼ੁਰਗ ਜਿਹੜੇ ਸਾਡੇ ਯੂਨੀਅਨ ਵਾਲੇ ਨੁਮਾਇੰਦੇ ਸਿਆਣੇ ਆ, ਸਾਡੇ ਵੱਡੀਆਂ ਉਮਰਾਂ ਦੇ, ਉਹ ਸਾਡੇ ਪਿੱਛੇ ਮੋਢੇ 'ਤੇ ਹੱਥ ਕਰਕੇ ਸਾਨੂੰ ਤੋਰਨ, ਅਸੀਂ ਤੁਰਨਾ ਸਿੱਖਾਂਗੇ। ਅਤੇ ਇਹ ਜਦੋਂ ਫਿਰ ਤੁਰ ਗਏ ਤਾਂ ਫਿਰ ਇੱਥੇ ਲੜੂ ਕੌਣ ਸੰਘਰਸ਼, ਉਦੋਂ ਬਾਅਦ ਸਾਡੀ ਵਾਰੀ, ਅਸੀਂ ਨੌਜਵਾਨਾਂ ਨੂੰ ਅੱਗੇ ਰੱਖਾਂਗੇ। ਸੋ ਇਹ ਚੱਲਦਾ ਲੈਨ ਨਾ ਤੋੜੋ, ਇਹ ਲੈਨ ਨੂੰ ਤੋੜ ਕੇ ਆਪਦੇ ਕੋਲ ਹੀ ਸਾਰਾ ਕੁਝ ਰੱਖ ਕੇ ਫਿਰ ਨਹੀਂ ਕੁਛ, ਮਤਲਬ ਕਿ ਸੱਚਾਈ ਦਾ ਸਾਥ ਦਿਓ, ਸੁਣੋ, ਹਰੇਕ ਨੂੰ ਟਾਈਮ ਦਿੱਤਾ ਜਾਵੇ। ਜਿਹੜੇ ਰੋਜ਼ ਰੋਜ਼ ਬੋਲਦੇ ਆ ਉੱਥੇ 15-15 ਮਿੰਟ ਬੋਲੀਏ, 14-14 ਰੋਜ਼ਾਨਾ ਹੀ ਬੋਲੀ ਜਾਂਦੇ, ਫਿਰ ਉਹਨਾਂ ਦਾ ਅਤੇ ਆਮ ਬੰਦਿਆਂ ਦਾ ਕੀ ਮਤਲਬ? ਇਸੇ ਲਈ ਯੂਨੀਅਨ ਨਾਲ ਲੋਕ ਜੁੜ ਨਹੀਂ ਰਹੇ। ਅੱਜ ਬਜ਼ੁਰਗ ਆਏ ਨੇ ਤੁਹਾਡੇ ਮੋਢੇ ਦਾ ਤੌਰ ਕੇ ਤੁਹਾਨੂੰ ਨਾਲ ਤੋਰਨਾ ਚਾਹੁੰਦੇ, ਹੁਣ ਤੁਸੀਂ ਇਹਨਾਂ ਨਾਲ ਤੁਰੋਗੇ? ਬਿਲਕੁਲ ਜੀ, ਅਸੀਂ ਇਹਨਾਂ ਨਾਲ ਜਿਹੜੀ ਗੱਲ ਕੀਤੀ ਹੈ ਉਹ, ਕਿਉਂਕਿ ਪ੍ਰੈਸ ਵਾਲੇ ਵੀਰ ਨੇ, ਤੁਸੀਂ ਸਾਰੇ ਮਤਲਬ ਤੁਹਾਡੀ ਜਿਹੜੀ ਗੱਲ ਆ ਦੇਸ਼ਾਂ ਵਿਦੇਸ਼ਾਂ 'ਚ ਲੋਕਾਂ ਨੇ ਜਾਣੀ ਹੈ, ਮੈਂ ਅੱਜ ਜਿਹੜੀ ਚੰਮਦੀ ਜਵਾਨ ਨਾਲ ਜਿਹੜੀ ਗੱਲ ਕਹੀ, ਕੱਲ੍ਹ ਨੂੰ ਮੈਨੂੰ ਦੇਣੀ ਆਊ। ਮੈਂ ਇਹਨਾਂ ਨੂੰ ਕਿਹਾ ਵੀ ਅਸੀਂ ਕੋਈ ਪ੍ਰਧਾਨਗੀ ਅਹੁਦਾ ਕੋਈ, ਅਸੀਂ ਕੋਈ ਕੁਛ ਨਹੀਂ ਲੈਣਾ। ਅਸੀਂ ਇਹ ਵੀ ਨਹੀਂ ਹੈਗਾ ਵੀ ਤੁਸੀਂ ਅੱਜ ਸਾਨੂੰ ਕਹਿਤਾ ਜੀ ਮਾਨਸਾ 'ਚੋਂ, ਕੱਲ੍ਹ ਨੂੰ ਝਨੀਰਾ ਜੀ, ਪਰਸੋਂ ਵੋ ਹੈ, ਚੌਥੇ ਬੁਲਾਡੇ, ਅਸੀਂ ਕੰਮ ਵਾਲੇ ਬੰਦੇ ਹਾਂ, ਆਪਦੇ ਕੰਮ ਦਸਾਂ ਨੌਹਾਂ ਦੀ ਖਾਂਦੇ, ਅਸੀਂ ਹਾਂ ਵੀਹਾਂ ਨੌਹਾਂ ਦੀ ਖਾਂਦੇ, ਅਸਲ ਮੇਂ ਤਾਂ ਵੀਹਾਂ ਨੌਹਾਂ ਦੀ ਕਿਰਤ ਵਾਲੇ ਹਾਂ, ਕਿਉਂਕਿ ਬਾਬੇ ਨਾਨਕ ਦਾ ਉਪਦੇਸ਼ ਹੈ, ਨਾਮ ਜਪੋ ਜਪੋ ਕਿਰਤ ਕਰੋ ਵੰਡ ਛਕੋ। ਅਸੀਂ ਉਹ ਇਨਸਾਨ ਹਾਂ, ਸਾਡੇ ਕੋਲ ਇੰਨਾ ਟਾਈਮ ਹੈ ਨਹੀਂ, ਅਸੀਂ ਜਿੱਥੇ ਲੋੜ ਪਊ, ਜੇ ਜਦੋਂ ਵਿਹਲੇ ਹੋਵਾਂਗੇ, ਵਿਹਲੇ ਬਹਿੰਦੇ ਨਹੀਂ, ਪਿੱਛੇ ਹਟਦੇ ਨਹੀਂ, ਅਤੇ ਮਤਲਬ ਕਿ ਤੁਹਾਡਾ ਸਾਥ ਅਸੀਂ ਉਦੋਂ ਦੇਵਾਂਗੇ ਜਦੋਂ ਕੋਈ ਵੱਡਾ ਜਿਵੇਂ ਹੁਣ ਚੱਲਦਾ, ਜ਼ਰੂਰ ਟਾਈਮ 'ਚੋਂ ਟਾਈਮ ਕੱਢ ਕੇ ਤੁਹਾਡੇ ਨਾਲ ਤੁਰਾਂਗੇ। ਪਰ ਇਹ ਜੇ ਤੁਸੀਂ ਸਾਨੂੰ ਰੋਜ਼ ਘੁੰਮਣ ਘੇਰੀ ਜੀ ਪਾਈ ਰੱਖੋ, ਫਿਰ ਸਾਡੀ ਤੋਬ ਹੈ, ਇਹ ਸੱਚਾਈ ਹੈ ਜੀ। ਇਹ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਹੈ, ਬਾਕੀ ਜਿਹੜੀ ਹੋਰ ਜਥੇਬੰਦੀਆਂ ਉਹਨਾਂ ਨਾਲ ਕੀ ਵੱਖ ਹੈ, ਇਹਨਾਂ ਦੇ ਕੀ ਵੱਖ ਰੂਲ ਨੇ? ਇਹਨਾਂ ਦੇ ਰੂਲ ਇਹੀ ਵੱਖ ਹੈ ਬਾਈ, ਇਹ ਮਤਲਬ ਤਾਂ ਕਿਸੇ ਵੀ ਸਿਆਸੀ ਲੀਡਰ ਨੂੰ, ਕੋਈ ਵੀ ਆ, ਮੰਨ ਲਓ ਕਾਂਗਰਸ ਹੈ, ਆਪ ਹੈ, ਅਕਾਲੀ ਹੈ, ਉਹਨੂੰ ਮੰਨ ਲਓ ਸਟੇਜ 'ਤੇ ਨਹੀਂ ਬੋਲਣ ਦਿੰਦੇ, ਉਹਦੇ ਨਾਲ ਫਾਲਤੂ ਗੱਲ ਨਹੀਂ ਕਰਦੇ। ਜੇ ਕੋਈ ਆਉਂਦਾ ਇਹੋ ਜਿਹਾ ਲੀਡਰ, ਉਹਨੂੰ ਕਹਿੰਦੇ ਬਈ ਸਾਹਮਣੇ ਬਹਿ ਜਾ, ਤੇਰੇ ਵਾਸਤੇ ਸਾਡੇ ਕੋਲ ਕੋਈ ਟਾਈਮ ਨਹੀਂ, ਸਾਡੀ ਗੱਲ ਸੁਣ ਅਤੇ ਜਾ ਆਪਦਾ। ਆਪਾਂ ਨੂੰ ਪਤਾ ਹੀ ਆ ਸਿਆਸੀ ਲੀਡਰ ਨੇ ਕੋਈ ਆਪਣੇ ਭਲੇ ਦੀ ਗੱਲ ਤਾਂ ਕਰਨੀ ਨਹੀਂ, ਆਪਦੇ ਟੋਟਕੇ ਮਾਰ ਕੇ ਆਪਦੀਆਂ ਵੋਟਾਂ ਵਾਸਤੇ ਤੁਰ ਜਾਣਾ ਇੱਥੋਂ, ਚਾਰ ਮਾਰ ਕੇ ਮਿੱਠੀਆਂ ਮਿੱਠੀਆਂ ਸੁਣਦੀਆਂ ਆਇਆ ਹੁਣ ਤੱਕ ਬਾਈ, ਉਹਨਾਂ ਨੇ ਨਹੀਂ ਸੁਣੀਆਂ ਆਪਾਂ, ਇਹੀ ਫਰਕ ਹੈ ਉਹਨਾਂ ਦਾ। ਇੱਕ ਜਿਹੜਾ ਉਗਰਾਹਾਂ ਵੱਲੋਂ ਧਰਨੇ ਪ੍ਰਦਰਸ਼ਨ ਵੀ ਆਪਣੇ ਅਲੱਗ ਕੀਤੇ ਜਾ ਰਹੇ ਆ, ਉਹਦਾ ਕੀ ਕਾਰਨ? ਉਹਦਾ ਇਹੀ ਕਾਰਨ ਹੈ, ਬਾਕੀ ਜਿੰਨੀਆਂ ਮੰਨ ਲਓ 28-29 ਜਥੇਬੰਦੀਆਂ ਨੇ, ਉਹਨਾਂ 'ਚ ਕੋਈ ਆਪ ਆ ਜੇ, ਅਕਾਲੀ ਆ ਜੇ, ਕਾਂਗਰਸ ਆ ਜੇ, BJP ਆ ਜੇ, ਉਹਨਾਂ 'ਚੋਂ ਕਿਸੇ ਨਾਲ ਕੋਈ ਰੋਸ਼ ਨਹੀਂ ਉਹਨਾਂ ਦਾ। ਆਓ ਬਾਈ ਬੋਲੋ, ਪਰ ਸਰਕਾਰ ਦੇ ਵਿਰੁੱਧ ਬੋਲੋ, ਕਿਹੜਾ ਮੰਨ ਲਓ ਕਾਂਗਰਸੀ ਅਕਾਲੀਆਂ ਵਿਰੁੱਧ ਬੋਲ ਜੂ, ਅਕਾਲੀ ਕਾਂਗਰਸੀਆਂ ਵਿਰੁੱਧ ਬੋਲ ਜਾਣਗੇ। ਇਹਨਾਂ ਦਾ ਇਹ ਕੰਮ ਹੈ, ਕੋਈ ਆ ਜੇ ਬੋਲੋ ਠੀਕ ਹੈ, ਇਹਨਾਂ ਦੇ ਭਾਈ ਤਾਂ ਸਹੀ ਹੈ, ਜਿਹੜਾ ਬਸ ਇੱਕ ਦੂਜੇ ਦੇ ਵਿਰੁੱਧ ਬੋਲ ਗਿਆ ਇਹਨਾਂ ਵਾਸਤੇ ਸਹੀ ਆ ਉਹ। ਇੱਕ ਜਿਵੇਂ ਬਹੁਤ ਜਥੇਬੰਦੀਆਂ ਦੁਆਰਾ ਜਿਹੜੇ ਧਰਨੇ ਪ੍ਰਦਰਸ਼ਨ ਚੱਕ ਦਿੱਤੇ ਗਏ ਨੇ, ਤੁਹਾਡੀ ਜਥੇਬੰਦੀ ਵੱਲੋਂ ਧਰਨੇ ਪ੍ਰਦਰਸ਼ਨ ਲਾਗੂ ਨੇ ਜਾਂ ਕਿਤੇ ਕਿਤੇ ਲਾਗੂ ਜਾਂ ਕੀ ਗੱਲ? ਹਜੇ ਸਾਡੀ ਜਥੇਬੰਦੀਆਂ ਵੱਲ ਦੀ ਬਈ ਕੋਈ ਚੱਕਿਆ ਨਹੀਂ ਗਿਆ, ਆਪਣੀ ਜਥੇਬੰਦੀ ਦਾ ਮੰਨ ਲਾ ਜਿਹੜਾ ਰੇਲਵੇ ਟਰੈਕ ਤੋਂ ਧਰਨਾ ਸੀ, ਉਹ ਕੁਛ ਦਿਨ ਪਹਿਲਾਂ ਹੀ ਚੱਕ ਲਿਆ ਗਿਆ ਸੀ, ਉਹਦਾ ਮਤਲਬ ਚੱਕਣ ਦਾ ਇਹ ਨਹੀਂ ਸੀ, ਉਹਦਾ ਸੀ ਵੀ ਆਪਾਂ ਨੂੰ ਇੱਕ ਦਿਨ ਇਹੋ ਤੱਕ, ਹੁਣ ਮੰਨ ਲਓ ਹੁਣ ਸਰਕਾਰ ਦਾ ਆਰਡਰ ਆ ਗਿਆ ਵੀ ਆਪਾਂ ਨੂੰ ਯੂਰੀਆ ਦੀ ਸ਼ੋਰਟੇਜ ਪੈ ਗਈ, ਜਾਂ ਜੀ ਆਪਣਾ ਮਾਲ ਨਹੀਂ ਜਾ ਰਿਹਾ, ਆਪਣੀ ਫਸਲ ਨਹੀਂ ਵਿਕਣੀ, ਉਹਦਾ ਕਰਕੇ ਉਦੋਂ ਰਾਇ ਕਰਕੇ ਸਾਰੀ ਜਥੇਬੰਦੀ ਨੇ ਧਰਨੇ ਚੱਕੇ ਨਹੀਂ ਹੈਗੇ, BJP ਦੇ ਘਰਾਂ ਮੂਹਰੇ ਲਾ ਲਏ। ਮੰਨ ਲਓ ਜਿਹੜੇ ਵੀ ਉਹ ਸੀ, ਉਦੋਂ ਉਹਨਾਂ ਨੇ BJP ਨੇ ਇੱਕ ਲਹਿਰ ਚਲਾਈ ਸੀ ਵੀ ਆਪੋ ਆਪਦੇ ਜਿਹੜੇ ਵੀ ਨੇਤਾ ਨੇ ਉਹਨਾਂ ਨੂੰ ਬੁਲਾਓ, ਅਤੇ ਘਰੇ ਇੱਕ ਪਿੰਡਾਂ ਗਲੀਆਂ ਗਲੀਆਂ 'ਚ ਜਾ ਕੇ ਲੋਕਾਂ ਨੂੰ ਸਮਝਾਓ ਵੀ ਇਹ ਬਿੱਲ ਮਾੜੇ ਨਹੀਂ ਹੈਗੇ, ਬਿੱਲ ਚੰਗੇ ਨੇ। ਉਦੋਂ ਜਥੇਬੰਦੀ ਨੇ ਰਾਇ ਕਰੀ ਵੀ ਇਹ ਲੋਕ ਆਪਣੇ ਭੋਲੇ ਨੇ, ਜੇ ਗਲੀਆਂ 'ਚ ਜਾਣਗੇ ਤਾਂ ਇਹਨਾਂ ਨੂੰ ਉਹ ਭਰਮਾ ਲੈਣਗੇ ਲੋਕਾਂ ਨੂੰ ਵੀ ਆਪਾਂ ਇਹ ਹੋਣੀ ਹੋਣ ਨਹੀਂ ਦੇਣਾ। ਉਹਨਾਂ ਨੇ BJP ਦੇ ਘਰ ਰੋਕ ਲਏ, ਜਿਹੜਾ
पहला तो कट्ठे देख सारे ये आपका पत्र उन्होंने देख आए राजपाल है ना आके कल तुम सारे ने बयान सुनी होंगे वो कहते जी असी तो पढ़ के नहीं देखे असी जे नहीं किया भाई जो तुम सारे ने राय करके जो बिल बनाया उदो तुम पढ़ना सी 10 मिनट मंगने से भाई असी पढ़ के देखना है जो तुम हूँ बाद क्यों विरोध कर रहे हो ठीक है गल है ना पहला इन्होंने पढ़ के देखने से आपका कैप्टन ने पता सीटना से कोई बजुर्ग लागे हो हाँ जी कैप्टन ने मता पाता अपने ये मिठी गोली देती लोगों को मैं लगता भी इन्हें मगर नहीं लगना चाहिए भाई आपको इन्हों तो परी रहना चाहिए जिन्ना रहा जाए एक जरा मीडिया के बयान आया कि मुहम्मद सदीक का मोडा उतर गया मोडा ठीक है हूँ मोडे का तो भाई हूँ मुहम्मद सदीक जानता है मोडे का इलाज करवाया है तो शर्म चाहिए है लीडर यार एक हंसरा हंसरा बयान सी कि उन्होंने तो किसी पत्रकार ने सवाल पूछा कि 1971 की लड़ाई वेले कि राज सी कौन प्रधानमंत्री मुख्यमंत्री सी वो कहने उस टाइम असी छोटा सी उम्र बहुत छोटी सी बारे की कहना चाहूँ भाई यार शर्म आँदी हासी आँदी गलत सुन के गलत बेशर्म बंदे अपनी घाटा ने भाई जेडे आप अनपढ़ बुझड़ बंदे जे आप कुर्सियों से बिठाए ने यह साडिया घाटा ने जिहड़े इहो जिहे बहाने लाउंदे ने एक खबर आई सी पता नहीं आस्ट्रेलिया की सी उहदे कोले उहदा उहदी मतलब मोढ़ा उतरिया होया उहदे कोले छोटा जिहा जवाक आ उह फिर भी संसद च बैठी है तो साडे इह लीडर शर्म नहीं मानते चौरे जिहड़े इहो जिहियां गल्लां करदे ने उहनूं शर्म चाहीदी आ माड़ी मोटी असी इह बहाने मारन वास्ते कुर्सियां ते बिठाया उहनां नूं तुसीं की मानदे हो भी जिहड़ा आपणे हुण तक धरने प्रदर्शन कर रहे आ भी हाल तक उन्होंने खिलाफ कोई एक्शन नहीं लिया गया मतलब उन्होंने हक के किसान हक च कोई एक्शन नहीं लिया गया सरकार वालों या कुछ मात्र ही मानते हैं हजे मान लो अपने कैप्टन ने बिल पास करके भेजते हजे गाह जाने ने गाह देखो भी वह हजे तो ये मान लो आई है लिखे ही है हजे जे गाह पास होंगे ने तो तकरीबन 30% मान लो माड़ा मोटा किसान को फायदा होजू जिमें उन्होंने लिखता भी जी MSP तो कोई थले खरीद है उन्होंने 3 साल की सज़ा होजू ज कोई मान लो 2.5 एकड़ वाले की कुरकी नहीं होंगी है ना यह जी कुछ गल् ने उस मान लो भी 20-30% किसान का फायदा होजू यही है भी 100% किसान इन्हें कैप्टन ने लिख के देता तो फायदा हो गया एक जिमें आप देखा कि उस सिर्फ कणक के झोने की MSP की गलबात की गई है तो बाकी फसल नहीं है फिर उही गल है बई ये उही गल मिठिया गोलियां ने यह मान लो हूँ देता 2-4 फसल ने अपन मक्की रुली जाती है देख मक्की 700-800 बिकती है सारी सारिया फसल गवारा नहीं कोई कणक तो यह ने मेन फसलों बस इन्हों दिखा देंगे मूहे बिकती तो यह भी नहीं तुम ला लो किड़ा बिक रहा नरम 5800-4600 बिकता सी रुली जाता 5-5 दिन 6-6 दिन कोई देख लो ट्रालियां इतों अपने नंगल तक आ जाए मानसा मंडी चो शर्म की गल है नेताओं वास्ते एक आप पिछले दिन मीडिया में आया सी कि जो यूपी तो ट्रक आ रही थी झोने की वो बिक्री इधर होने आ रही थी वो जथेबंदियों ने संघर्ष किया कि थोड़ा कामयाब हो बारे की कहना चाहूँ पूरे कामयाब हो बई मान लो जे जिले ने जिले ने लिख के देता मान लो जे अफसर से मूहरले दबा हेठ आ कि लिख के दिता भी जो कोई भाई बाहरों कोई भी बारदाना या कुछ भी आता है ना तो वह भाई वो उन्होंने सज़ा दी जाऊगी उन्होंने कानूनी कार्रवाई की जाऊ खिलाफ अज तुम इतने आए हो तो की थोड़ा प्रोग्राम से अगे थोड़ी जथेबंदी वालों की उद्देश ने थोड़े भी किस तरह संघर्ष करना थोड़ा रूपरेखा की संघर्ष की अगर अगे 4 तरीक तक तो भाई आही BJP के घर घेरे हुए हैं उदू अगे ऐलान आऊगा वो हिसाब न चलिया जाऊगा वाहगुरू जी का खालसा वाहगुरू जी की फतेह अपने ग्राह काई अज पिंड रायपुर की चोन हुई है जिस दे प्रधान चुनिया गया है जो अपने अगा लग रही है कोई किसान किसी डरन की लोड़ नहीं तो कोई भी जिहड़ा मीटर पट्टना आवे किसी का उहदे बारे भी अपनी पूरी सख्त हो है 1 महीने तो पहला कोई भी पैसा नहीं भरया जाएगा भी उदू बाद उन्होंने आख्या होया भी जिहड़े पैसे ने भाई 1 महीने तीन किसानों को पहुँचणगे पहला नरमा नहीं बच रहा बिलों राही आ रहा है भी चैक राही पैसे दे रहे हैं वो जिमीदार को पैसा नहीं आ रहा भी जे कोई किसान दे मीटर भी पट्टना होगा उहदे बारे भी अपनी सख्त चेतावनी उन्होंने बन्नांगे ये रापर दे विचों कोई बंदा मीटर ना पटना आए जो आप पिंड दा काई दे आऊगा वह पिंड नूं दसांगे भी इन्ना फंड हो गया इन्ने फंड दा सत्थां हिसाब लावांगे ये चीज़ नहीं भी आपां आपदे कोले पैसा इकट्ठा कर लिया भी आपां रख लिया जो पिंड ने आख्या वह फुल चढ़ावांगे मेरा कहना इस ते ही जिहड़ा अपना विधानसभा दे विच सरकार बिल लैके आई है जिहनूं कानून बनाउण जा रही है उदे विच इन्होंने MSP की गल की है भी असी MSP लीगल बनावांगे अगर कोई MSP तो घट खरीद करूँगा तो उहदे ते कानूनी कार्रवाई करांगे ते 3 साल की सज़ा का प्रावधान करांगे पर उदे विच गल की है जिहड़ी इन्होंने कही है वह ये है भी अगर कोई किसान कंपेल करूँगा MSP तो घट बेचण ते इहो जिहा कदे भी नहीं हुंदा ना होया भी किसी बंदे ने जिमीदार नूं फोर्स किया हो मजबूर किया हो भी अपनी फसल जिहड़ी MSP तो घट बेचे इस तरह ये आप देख सकते हैं भी ये जिहड़ी गल हैगी तो सरासर आपां नूं एक जुमला लगती हैगी क्योंकि कदे भी फोर्स ना तो किया गया ना किसान नूं किसी ने करना है किसान उहदी सिचुएशन हालात जिहड़ी हैगी आर्थिकता वो फसल नूं बेचण लई मजबूर करदी है
इस करके किसी न किसी से भी यह आपां कह नहीं सकते भी किसी से भी कि इस अगेंस्ट कानूनी कार्रवाई हो सकेगी जां कीती जा सकेगी, क्योंकि किसान नूं कोई भी मजबूर नहीं करेगा एम एस पी तो घट बेचण ते उसनूं खुद ही अपनी फसल है जिहड़ी वह मजबूर न समय के हिसाब नाल जदों उहदी कटाई कर लैंदा तां बेचणी पैंदी है, क्योंकि ना उहदे कोल स्टोरेज का प्रबंध हुंदा ना उसनूं लंबे समय लई रख सकदा हैगा। ਤੁਹਾਨੂੰ ਕੀ ਲੱਗਦਾ ਵੀ ਇਹਦਾ ਫਿਰ ਕੋਈ ਅਸਰ ਨਹੀਂ ਹੋਣਾ? ਮੈਨੂੰ ਇਹ ਲੱਗਦਾ ਗਾ ਇਹ ਸਿਰਫ ਕਾਨੂੰਨ ਆ ਜਿਹੜਾ ਇੱਕ ਬਸ ਕਾਨੂੰਨ ਬਣ ਕੇ ਰਹਿ ਜਾਊਗਾ, ਇਹ ਪ੍ਰੋਪਰ ਵੇ ਨਾਲ ਲਾਗੂ ਨਹੀਂ ਹੋਊਗਾ। ਅਤੇ ਨੰਬਰ ਸੈਕਿੰਡ 'ਤੇ ਜਿਹੜਾ ਐੱਮ ਐੱਸ ਪੀ ਦੇ ਵਿੱਚ ਕਿਹਾ ਗਿਆ ਉਹਨਾਂ ਨੇ ਦੋ ਫਸਲਾਂ ਦੀ ਕਣਕ ਦੀ ਅਤੇ ਝੋਨੇ ਦੀ ਗੱਲ ਕੀਤੀ ਹੈਗੀ। ਇੱਥੇ ਮਾਲਵਾ ਬੈਲਟ ਦੇ ਵਿੱਚ ਨਰਮਾ ਜਿਹੜਾ ਕਾਟਨ ਹੈ ਬਹੁਤ ਵੱਡੇ ਪੱਧਰ 'ਤੇ ਉਹਦੀ ਬਿਜਾਈ ਹੁੰਦੀ ਹੈਗੀ। ਉਹ ਆਪਾਂ ਦੇਖਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਵੀ ਹੁਣ ਵੀ ਜਿਹੜਾ ਹੈਗਾ ਉਹਦੀ ਸਰਕਾਰੀ ਖਰੀਦ ਬਹੁਤ ਘੱਟ ਅਤੇ ਬਹੁਤ ਲੇਟ ਸ਼ੁਰੂ ਹੁੰਦੀ ਹੈ, ਅਤੇ ਉਸ ਤੋਂ ਪਹਿਲਾਂ ਜਿਹੜੇ ਵਪਾਰੀ ਨੇ ਉਹਨੂੰ ਬਹੁਤ ਘੱਟ ਰੇਟ 'ਤੇ ਖਰੀਦ ਲੈਂਦੇ ਨੇ। 5700 ਤੋਂ ਉਹਦਾ ਉੱਪਰ ਰੇਟ ਹੈ ਜਿਹੜਾ ਲਗਭਗ ਹੁਣ ਵਿਕਦਾ ਰਿਹਾ 5950 ਇਸ ਤਰ੍ਹਾਂ ਜਿਹੜੀਆਂ ਮਾਨਸਾ ਦੀਆਂ ਜਾਂ ਸਰਦੂਲਗੜ੍ਹ ਦੀਆਂ ਮੰਡੀਆਂ ਨੇ ਉਹਨਾਂ ਦੇ ਵਿੱਚ ਇਸ ਰੇਟ 'ਤੇ ਵਿਕਦਾ ਰਿਹਾ ਹੈਗਾ। ਕਣਕ ਅਤੇ ਝੋਨੇ ਦੀ ਖਰੀਦ ਲਗਭਗ ਹਰ ਵਾਰੀ ਐੱਮ ਐੱਸ ਪੀ 'ਤੇ ਹੀ ਹੁੰਦੀ ਹੈ। ਜਿਹੜੀਆਂ 22 ਫਸਲਾਂ ਦੂਜੀਆਂ ਆਪਣੀਆਂ ਟੋਟਲ 22 ਨੇ ਜਿਹੜੀਆਂ ਦੂਜੀਆਂ ਫਸਲਾਂ ਨੇ ਜਦੋਂ ਉਹਨਾਂ ਦੀ ਐੱਮ ਐੱਸ ਪੀ 'ਤੇ ਖਰੀਦ ਨਹੀਂ ਹੋਊਗੀ ਤਾਂ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਇਹ ਕਾਨੂੰਨ ਆ ਜਿਹੜਾ ਲਿਆਂਦਾ ਗਿਆ, ਇਹਦੇ ਵਿੱਚ ਕੋਈ ਐਡੀ ਗੱਲਬਾਤ ਨਹੀਂ ਹੈਗੀ। ਤੁਹਾਨੂੰ ਕੀ ਲੱਗਦਾ ਜਿਵੇਂ ਕਿ ਕਿਸਾਨ ਜਥੇਬੰਦੀਆਂ ਦਲ ਵੱਲੋਂ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਤੁਹਾਨੂੰ ਕੀ ਲੱਗਦਾ ਰੂਪ ਰੇਖਾ ਅਗਲੀ ਕੀ ਹੋਣੀ ਚਾਹੀਦੀ ਜਿਹਦੇ ਨਾਲ ਸੰਘਰਸ਼ ਤੇਜ਼ ਹੋਵੇ, ਤਿੱਖਾ ਹੋਵੇ? ਜਿੰਨਾ ਕੁ ਮੇਰੀ ਆਪਣੀ ਸਮਝ ਦੇ ਮੁਤਾਬਕ ਲੱਗਦਾ ਹੈਗਾ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਬਹੁਤ ਵਧੀਆ ਕਰ ਰਹੀਆਂ, ਉਹਨਾਂ ਨੇ ਗੌਰਮੈਂਟ 'ਤੇ ਪ੍ਰੈਸ਼ਰ ਬਿਲਡ ਕੀਤਾ ਹੈਗਾ, ਇਸੇ ਕਰਕੇ ਹੀ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਕਾਨੂੰਨ ਲੈਕਣਾ ਪਿਆ, ਉਹਦਾ ਇਜਲਾਸ ਬੁਲਾਉਣਾ ਪਿਆ, ਅਤੇ ਮੋਦੀ ਸਰਕਾਰ ਵੀ ਲਗਾਤਾਰ ਉਹਨਾਂ ਨੂੰ ਸੱਦਾ ਚਾਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇ ਰਹੀ ਹੈ। ਜੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਰਹਿਣਗੀਆਂ ਜਿਹੜਾ ਉਹਨਾਂ ਦਾ ਆਪਣਾ ਬਣਾਈ ਹੋਈ ਰੂਪ ਰੇਖਾ ਹੈ ਉਹਨੂੰ ਇੱਕ ਵਧੀਆ ਤਰੀਕੇ ਨਾਲ ਅਤੇ ਇਸ ਤਰੀਕੇ ਨਾਲ ਕਿ ਸਰਕਾਰਾਂ ਦੇ ਉੱਪਰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿਆਦਾ ਪ੍ਰਭਾਵ ਹੋਵੇ, ਕਾਰਪੋਰੇਟ ਘਰਾਣੇ ਦਾ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਜਿਹੜੀਆਂ ਸੰਸਥਾਵਾਂ ਜਾਂ ਅਦਾਰੇ ਜੋ ਵੀ ਹੈ ਕਾਰਪੋਰੇਟ ਘਰਾਣਿਆਂ ਦਾ ਉਹਨਾਂ ਦਾ ਬਾਈਕਾਟ ਕੀਤਾ ਹੋਇਆ, ਉਹਨਾਂ ਦੇ ਅੱਗੇ ਧਰਨੇ ਲਾਏ ਹੋਏ, ਇਸ ਤਰ੍ਹਾਂ ਕੀ ਹੈ ਸਰਕਾਰ 'ਤੇ ਪੂਰਾ ਪ੍ਰੈਸ਼ਰ ਬਿਲਡ ਹੋ ਰਿਹਾ। ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈਗਾ ਜਿਸ ਤਰ੍ਹਾਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਖੇਤਰੀ ਪਾਰਟੀਆਂ ਨੇ ਜਾਂ ਹੋਰ ਵੀ ਨੇ ਉਹਨਾਂ ਨੂੰ ਨਾਲ ਲੈ ਕੇ ਪ੍ਰੋਪਰ ਵੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਮਜਬੂਰ ਕਰਕੇ ਕਿ ਉਹਨਾਂ ਦੇ ਨਾਲ ਤੁਰਨ ਅਤੇ ਪੂਰੇ ਪੰਜਾਬ ਨੂੰ ਲਾਮਬੰਦ ਕਰਕੇ ਅਤੇ ਕੇਂਦਰ ਸਰਕਾਰ ਨੂੰ ਆਪਣੇ ਅੱਗੇ ਝੁਕਣ ਲਈ ਮਜਬੂਰ ਕਰਨਾ ਚਾਹੀਦਾ।